ਫਿਲਮ ਬਿਲਕੁਲ ਹੀ ਸਾਰੀਆਂ ਫਿਲਮਾਂ ਤੋਂ ਵੱਖਰੀ ਫਿਲਮ ਹੈ, ਐਸੀ ਫਿਲਮ ਕਿਸੇ ਨੇ ਨਹੀਂ ਬਣਾਈ ਔਰ ਇਹ ਬਹੁਤ ਅੱਛੀ ਫਿਲਮ ਹੈ, ਬਹੁਤ ਲੈਸਨ ਗਿਵਿੰਗ ਹੈ ਔਰ ਪੇਰੈਂਟਸ ਨੂੰ ਬੱਚਿਆਂ ਨੂੰ ਨਾਲ ਲੈ ਕੇ ਦੇਖਣੀ ਚਾਹੀਦੀ ਹੈ, ਇਹ ਨਾ ਹੋਵੇ ਗਲਤੀ ਕਰ ਜਾਣ ਵੀ ਘਰੇ ਬੈਠੇ ਰਹਿ ਜਾਣ। ਬਿਊਟੀਫੁਲ ਔਸਮ, ਮੈਨੂੰ ਤਾਂ ਲੱਗਦਾ ਜਿੱਦਾਂ ਦਾ ਕੋਨਸੈਪਟ ਹੈ ਨਾ ਸਾਡੇ ਸਾਰੇ ਜ਼ਿੰਦਗੀ 'ਚ ਰਿਹਾ ਆ, ਸਾਡੇ ਮਾਂ ਪਿਓ ਨੇ ਸਾਨੂੰ ਕੁੱਟ ਕੁੱਟ ਕੇ ਬੜਾ ਸੁਧਾਰਿਆ ਆ ਜ਼ਿੰਦਗੀ, ਇੱਕ ਇੱਕ ਬੰਦੇ ਦੀ ਕਹਾਣੀ ਹੈ, ਇੱਕ ਇੱਕ ਸਾਰੀ ਦੁਨੀਆ ਦੀ ਕਹਾਣੀ ਹੈ, ਇੱਕ ਇਕੱਲੇ ਬੰਦੇ ਦੀ ਨਹੀਂ ਸਾਰੀ ਦੁਨੀਆ ਦੀ ਕਹਾਣੀ। ਦੂਜੀ ਗੱਲ ਇਹ, ਗਿੱਪੀ ਵੀਰੇ ਦੇ ਪੁੱਤ ਸ਼ਿੰਦੇ ਦੀ ਐਕਟਿੰਗ ਦੇਖ ਕੇ ਸਾਰੇ ਲੋਕੀ ਬੜਾ ਖੁਸ਼ ਹੋਏ, ਸ਼ਿੰਦੇ ਤਾਂ ਕਮਾਲ ਹੀ ਕਰਦਾ ਹੈ, ਸ਼ਿੰਦੇ ਤਾਂ ਔਸਮ ਸ਼ਬਦ ਹੀ ਨਹੀਂ ਹੈ। ਮੈਂ ਇੱਕ ਚੀਜ਼ ਇਹ ਵੀ ਪੁੱਛਣਾ ਚਾਹਾਂਗਾ ਕਿ ਕਨਸੈਪਟ ਇਦਾਂ ਦਾ ਆ, ਛੋਟੇ ਹੁੰਦੇ ਸਾਰਿਆਂ ਨੂੰ ਕੁੱਟ ਪਈ ਆ, ਮੈਮ ਤੁਹਾਨੂੰ ਵੀ ਕਰੀ ਇਦਾਂ ਦੀ ਚੀਜ਼ਾਂ ਮਾਂ ਪਿਓ ਵੱਲੋਂ ਕੋਈ ਝਿੜਕ ਜੀ, ਕੋਈ ਡਾਂਟ ਜੀ ਚੀਜ਼ਾਂ ਪਈ? ਫਿਲਮ ਬਿਲਕੁਲ ਹੀ ਸਾਰੀਆਂ ਫਿਲਮਾਂ ਤੋਂ ਵੱਖਰੀ ਫਿਲਮ ਹੈ, ਐਸੀ ਫਿਲਮ ਕਿਸੇ ਨੇ ਨਹੀਂ ਬਣਾਈ ਔਰ ਇਹ ਬਹੁਤ ਅੱਛੀ ਫਿਲਮ ਹੈ, ਬਹੁਤ ਲੈਸਨ ਗਿਵਿੰਗ ਹੈ ਔਰ ਪੇਰੈਂਟਸ ਨੂੰ ਬੱਚਿਆਂ ਨੂੰ ਨਾਲ ਲੈ ਕੇ ਦੇਖਣੀ ਚਾਹੀਦੀ ਹੈ, ਇਹ ਨਾ ਹੋਵੇ ਗਲਤੀ ਕਰ ਜਾਣ ਵੀ ਘਰੇ ਬੈਠੇ ਰਹਿ ਜਾਣ। ਬਿਊਟੀਫੁਲ ਔਸਮ, ਮੈਨੂੰ ਤਾਂ ਲੱਗਦਾ ਜਿੱਦਾਂ ਦਾ ਕੋਨਸੈਪਟ ਹੈ ਨਾ ਸਾਡੇ ਸਾਰੇ ਜ਼ਿੰਦਗੀ 'ਚ ਰਿਹਾ ਆ, ਸਾਡੇ ਮਾਂ ਪਿਓ ਨੇ ਸਾਨੂੰ ਕੁੱਟ ਕੁੱਟ ਕੇ ਬੜਾ ਸੁਧਾਰਿਆ ਆ ਜ਼ਿੰਦਗੀ, ਇੱਕ ਇੱਕ ਬੰਦੇ ਦੀ ਕਹਾਣੀ ਹੈ, ਇੱਕ ਇੱਕ ਸਾਰੀ ਦੁਨੀਆ ਦੀ ਕਹਾਣੀ ਹੈ, ਇੱਕ ਇਕੱਲੇ ਬੰਦੇ ਦੀ ਨਹੀਂ ਸਾਰੀ ਦੁਨੀਆ ਦੀ ਕਹਾਣੀ। ਦੂਜੀ ਗੱਲ ਇਹ, ਗਿੱਪੀ ਵੀਰੇ ਦੇ ਪੁੱਤ ਸ਼ਿੰਦੇ ਦੀ ਐਕਟਿੰਗ ਦੇਖ ਕੇ ਸਾਰੇ ਲੋਕੀ ਬੜਾ ਖੁਸ਼ ਹੋਏ, ਸ਼ਿੰਦੇ ਤਾਂ ਕਮਾਲ ਹੀ ਕਰਦਾ ਹੈ, ਸ਼ਿੰਦੇ ਤਾਂ ਔਸਮ ਸ਼ਬਦ ਹੀ ਨਹੀਂ ਹੈ। ਮੈਂ ਇੱਕ ਚੀਜ਼ ਇਹ ਵੀ ਪੁੱਛਣਾ ਚਾਹਾਂਗਾ ਕਿ ਕਨਸੈਪਟ ਇਦਾਂ ਦਾ ਆ, ਛੋਟੇ ਹੁੰਦੇ ਸਾਰਿਆਂ ਨੂੰ ਕੁੱਟ ਪਈ ਆ, ਮੈਮ ਤੁਹਾਨੂੰ ਵੀ ਕਰੀ ਇਦਾਂ ਦੀ ਚੀਜ਼ਾਂ ਮਾਂ ਪਿਓ ਵੱਲੋਂ ਕੋਈ ਝਿੜਕ ਜੀ, ਕੋਈ ਡਾਂਟ ਜੀ ਚੀਜ਼ਾਂ ਪਈ? ਇਹ ਤਾਂ ਕਾਮਨ ਹੈ, ਕਾਮਨ ਹੈ, ਇਹ ਤਾਂ ਪੈਣੀ ਹੈ। ਫਿਲਮ ਬਿਲਕੁਲ ਹੀ ਸਾਰੀਆਂ ਫਿਲਮਾਂ ਤੋਂ ਵੱਖਰੀ ਫਿਲਮ ਹੈ, ਐਸੀ ਫਿਲਮ ਕਿਸੇ ਨੇ ਨਹੀਂ ਬਣਾਈ ਔਰ ਇਹ ਬਹੁਤ ਅੱਛੀ ਫਿਲਮ ਹੈ, ਬਹੁਤ ਲੈਸਨ ਗਿਵਿੰਗ ਹੈ ਔਰ ਪੇਰੈਂਟਸ ਨੂੰ ਬੱਚਿਆਂ ਨੂੰ ਨਾਲ ਲੈ ਕੇ ਦੇਖਣੀ ਚਾਹੀਦੀ ਹੈ, ਇਹ ਨਾ ਹੋਵੇ ਗਲਤੀ ਕਰ ਜਾਣ ਵੀ ਘਰੇ ਬੈਠੇ ਰਹਿ ਜਾਣ। ਬਿਊਟੀਫੁਲ ਔਸਮ, ਮੈਨੂੰ ਤਾਂ ਲੱਗਦਾ ਜਿੱਦਾਂ ਦਾ ਕੋਨਸੈਪਟ ਹੈ ਨਾ ਸਾਡੇ ਸਾਰੇ ਜ਼ਿੰਦਗੀ 'ਚ ਰਿਹਾ ਆ, ਸਾਡੇ ਮਾਂ ਪਿਓ ਨੇ ਸਾਨੂੰ ਕੁੱਟ ਕੁੱਟ ਕੇ ਬੜਾ ਸੁਧਾਰਿਆ ਆ ਜ਼ਿੰਦਗੀ, ਇੱਕ ਇੱਕ ਬੰਦੇ ਦੀ ਕਹਾਣੀ ਹੈ, ਇੱਕ ਇੱਕ ਸਾਰੀ ਦੁਨੀਆ ਦੀ ਕਹਾਣੀ ਹੈ, ਇੱਕ ਇਕੱਲੇ ਬੰਦੇ ਦੀ ਨਹੀਂ ਸਾਰੀ ਦੁਨੀਆ ਦੀ ਕਹਾਣੀ। ਦੂਜੀ ਗੱਲ ਇਹ, ਗਿੱਪੀ ਵੀਰੇ ਦੇ ਪੁੱਤ ਸ਼ਿੰਦੇ ਦੀ ਐਕਟਿੰਗ ਦੇਖ ਕੇ ਸਾਰੇ ਲੋਕੀ ਬੜਾ ਖੁਸ਼ ਹੋਏ, ਸ਼ਿੰਦੇ ਤਾਂ ਕਮਾਲ ਹੀ ਕਰਦਾ ਹੈ, ਸ਼ਿੰਦੇ ਤਾਂ ਔਸਮ ਸ਼ਬਦ ਹੀ ਨਹੀਂ ਹੈ। ਮੈਂ ਇੱਕ ਚੀਜ਼ ਇਹ ਵੀ ਪੁੱਛਣਾ ਚਾਹਾਂਗਾ ਕਿ ਕਨਸੈਪਟ ਇਦਾਂ ਦਾ ਆ, ਛੋਟੇ ਹੁੰਦੇ ਸਾਰਿਆਂ ਨੂੰ ਕੁੱਟ ਪਈ ਆ, ਮੈਮ ਤੁਹਾਨੂੰ ਵੀ ਕਰੀ ਇਦਾਂ ਦੀ ਚੀਜ਼ਾਂ ਮਾਂ ਪਿਓ ਵੱਲੋਂ ਕੋਈ ਝਿੜਕ ਜੀ, ਕੋਈ ਡਾਂਟ ਜੀ ਚੀਜ਼ਾਂ ਪਈ? ਇਹ ਤਾਂ ਕਾਮਨ ਹੈ, ਕਾਮਨ ਹੈ, ਇਹ ਤਾਂ ਪੈਣੀ ਹੈ। ਫਿਲਮ ਬਿਲਕੁਲ ਹੀ ਸਾਰੀਆਂ ਫਿਲਮਾਂ ਤੋਂ ਵੱਖਰੀ ਫਿਲਮ ਹੈ, ਐਸੀ ਫਿਲਮ ਕਿਸੇ ਨੇ ਨਹੀਂ ਬਣਾਈ ਔਰ ਇਹ ਬਹੁਤ ਅੱਛੀ ਫਿਲਮ ਹੈ, ਬਹੁਤ ਲੈਸਨ ਗਿਵਿੰਗ ਹੈ ਔਰ ਪੇਰੈਂਟਸ ਨੂੰ ਬੱਚਿਆਂ ਨੂੰ ਨਾਲ ਲੈ ਕੇ ਦੇਖਣੀ ਚਾਹੀਦੀ ਹੈ, ਇਹ ਨਾ ਹੋਵੇ ਗਲਤੀ ਕਰ ਜਾਣ ਵੀ ਘਰੇ ਬੈਠੇ ਰਹਿ ਜਾਣ। ਬਿਊਟੀਫੁਲ ਔਸਮ, ਮੈਨੂੰ ਤਾਂ ਲੱਗਦਾ ਜਿੱਦਾਂ ਦਾ ਕੋਨਸੈਪਟ ਹੈ ਨਾ ਸਾਡੇ ਸਾਰੇ ਜ਼ਿੰਦਗੀ 'ਚ ਰਿਹਾ ਆ, ਸਾਡੇ ਮਾਂ ਪਿਓ ਨੇ ਸਾਨੂੰ ਕੁੱਟ ਕੁੱਟ ਕੇ ਬੜਾ ਸੁਧਾਰਿਆ ਆ ਜ਼ਿੰਦਗੀ, ਇੱਕ ਇੱਕ ਬੰਦੇ ਦੀ ਕਹਾਣੀ ਹੈ, ਇੱਕ ਇੱਕ ਸਾਰੀ ਦੁਨੀਆ ਦੀ ਕਹਾਣੀ ਹੈ, ਇੱਕ ਇਕੱਲੇ ਬੰਦੇ ਦੀ ਨਹੀਂ ਸਾਰੀ ਦੁਨੀਆ ਦੀ ਕਹਾਣੀ। ਦੂਜੀ ਗੱਲ ਇਹ, ਗਿੱਪੀ ਵੀਰੇ ਦੇ ਪੁੱਤ ਸ਼ਿੰਦੇ ਦੀ ਐਕਟਿੰਗ ਦੇਖ ਕੇ ਸਾਰੇ ਲੋਕੀ ਬੜਾ ਖੁਸ਼ ਹੋਏ, ਸ਼ਿੰਦੇ ਤਾਂ ਕਮਾਲ ਹੀ ਕਰਦਾ ਹੈ, ਸ਼ਿੰਦੇ ਤਾਂ ਔਸਮ ਸ਼ਬਦ ਹੀ ਨਹੀਂ ਹੈ। ਮੈਂ ਇੱਕ ਚੀਜ਼ ਇਹ ਵੀ ਪੁੱਛਣਾ ਚਾਹਾਂਗਾ ਕਿ ਕਨਸੈਪਟ ਇਦਾਂ ਦਾ ਆ, ਛੋਟੇ ਹੁੰਦੇ ਸਾਰਿਆਂ ਨੂੰ ਕੁੱਟ ਪਈ ਆ, ਮੈਮ ਤੁਹਾਨੂੰ ਵੀ ਕਰੀ ਇਦਾਂ ਦੀ ਚੀਜ਼ਾਂ ਮਾਂ ਪਿਓ ਵੱਲੋਂ ਕੋਈ ਝਿੜਕ ਜੀ, ਕੋਈ ਡਾਂਟ ਜੀ ਚੀਜ਼ਾਂ ਪਈ? ਇਹ ਤਾਂ ਕਾਮਨ ਹੈ, ਕਾਮਨ ਹੈ, ਇਹ ਤਾਂ ਪੈਣੀ ਹੈ।